ਲਓ ਵੀ ਬੇਲੀਓ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਸਜਾਈਆਂ ਨੇ। ਉਸ ਤੋਂ ਬਾਅਦ ਵਾਰੀ ਆਏਗੀ ਸਮੁੰਦਰੀ ਝੱਗ, ਠੀਕ ਹੈ ਜੀ। ਇਹ ਕਿਸੇ ਵੀ ਪੰਸਾਰ ਵਾਲੇ ਕੋਲ ਤੁਸੀਂ ਲੈ ਸਕਦੇ ਹੋ। ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਨਹੀਂ ਦੇਖਣਾ। ਇਨਸ਼ਾਅੱਲਾ ਤੁਸੀਂ ਇਹ ਵੀਡੀਓ ਵੇਖ ਲਈ ਜਾਂ ਇਹਦੇ 'ਤੇ ਕੰਮ ਕਰਕੇ ਵੇਖ ਲਿਆ ਨਾ, ਤੁਸੀਂ ਜਿੰਨੇ ਵੀ ਜਾਨਵਰ ਰੱਖਣੇ ਅੱਲਾਹ ਦੇ ਹੁਕਮ ਨਾਲ ਕਦੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ। ਲਓ ਵੀ ਬੇਲੀਓ, ਆਹ ਕੋਇਲੇ ਜਿਹੜੇ ਸਨ ਨਾ, ਇਹ ਅਸੀਂ ਲਏ ਨੇ ਕੁੱਟ, ਅਤੇ ਹੁਣ ਅਸੀਂ ਇਹਨੂੰ ਕਰ ਲਾਂਗੇ ਇੱਕ ਬਰਤਨ 'ਚ। ਬਿਸਮਿਲ੍ਲਾ ਦੀ ਬਰਕਤ। ਲਓ ਜੀ ਭਾਅ ਜੀ, ਲਓ ਜੀ ਭਾਅ ਜੀ, ਇਹ ਲਾ ਕੇ ਅਤੇ ਤੁਸੀਂ ਇਹ ਜਿਹੜੀ ਤਾਰ ਹੈ ਨਾ, ਇਹਨੂੰ ਵਿੱਚ ਲਗਾ ਦੇਣਾ ਇਸ ਤਰ੍ਹਾਂ ਜੀ। ਲਓ ਵੀ ਮਿੱਤਰੋ, ਜਿਹੜੇ ਬਲੌਕ ਲੱਗਣੇ ਸੀ ਉਹ ਦਿੱਤੇ ਅਸੀਂ ਲਾ, ਬਾਕੀ ਹਰ ਖੁੱਡੇ ਦੇ ਵਿੱਚ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਸੱਲੱਲਾਹੁ ਅਲਾ ਮੁਹੰਮਦ। ਸਭ ਸੱਜਣਾਂ ਨੂੰ, ਬੇਲੀਆਂ ਨੂੰ ਅਤੇ ਮਿੱਤਰਾਂ ਨੂੰ ਮੇਰੀ ਵੱਲੋਂ ਜੀ ਅਸਲਾਮ ਅਲੈਕੁਮ। ਦੁਆ ਅੱਲਾ ਪਾਕ ਸਭ ਨੂੰ ਆਪਣੇ ਰਿਜ਼ੂ ਇਮਾਨ 'ਚ ਰੱਖੇ, ਸਿਹਤ ਵਾਲੀ, ਆਫੀਅਤ ਵਾਲੀ ਅਤੇ ਇਮਾਨ ਵਾਲੀ ਲੰਬੀ ਜ਼ਿੰਦਗੀ ਦੇ। ਲਓ ਵੀ ਸੱਜਣੋ, ਅੱਜ ਅਸੀਂ ਬਣਾ ਰਹੇ ਹਾਂ ਪਰਿੰਦਿਆਂ ਵਾਸਤੇ, ਬੱਜੀਜ਼ ਵਾਸਤੇ, ਪੈਰਟ ਵਾਸਤੇ ਇੱਕ ਕੈਲਸ਼ੀਅਮ ਬਲੌਕ। ਇਹ ਕੈਲਸ਼ੀਅਮ ਬਲੌਕ ਜਿਹੜਾ ਬਾਜ਼ਾਰੋਂ ਵੀ ਮਿਲ ਜਾਂਦਾ, ਲੇਕਿਨ ਉਹ ਪਰਿੰਦਿਆਂ ਦੀ ਕੈਲਸ਼ੀਅਮ ਪੂਰੀ ਨਹੀਂ ਕਰਦਾ। ਅਸੀਂ ਬਣਾ ਰਹੇ ਜੀ ਔਰਗੈਨਿਕ ਤਰੀਕੇ ਨਾਲ ਆਹ ਚੀਜ਼ਾਂ ਕਲੈਕਟ ਕਰਕੇ, ਤਾਂ ਕਿ ਜਿਹੜੇ ਪਰਿੰਦੇ ਨੇ ਨਾ ਉਹ ਭਰਪੂਰ ਤਰੀਕੇ ਦੇ ਨਾਲ ਕੈਲਸ਼ੀਅਮ ਹਾਸਲ ਕਰ ਸਕਣ। ਕੈਲਸ਼ੀਅਮ ਨਾ ਮਿਲਣ ਦੀ ਵਜ੍ਹਾ ਤੋਂ ਇੱਕ ਤਾਂ ਅੰਡੇ ਜਿਹੜੇ ਨੇ ਉਹ ਮਤਲਬ ਕਮਜ਼ੋਰ ਹੁੰਦੇ ਨੇ, ਅਤੇ ਦੂਸਰੇ ਨੰਬਰ 'ਤੇ ਜਦੋਂ ਉਹਨਾਂ 'ਚੋਂ ਬੱਚੇ ਨਿਕਲਦੇ ਨੇ, ਜਾਂ ਤਾਂ ਉਹਨਾਂ ਦੀਆਂ ਲੱਤਾਂ ਟੇਢੀਆਂ ਹੋ ਜਾਂਦੀਆਂ ਨੇ, ਜਾਂ ਉਹਨਾਂ ਦੇ ਪਰ ਸਹੀ ਨਹੀਂ ਨਿਕਲਦੇ, ਅਤੇ ਜਾਂ ਉਹਨਾਂ ਦੀ ਗਰੋਥ ਸਹੀ ਨਹੀਂ ਹੁੰਦੀ, ਉਮਰ ਤੋਂ ਪਿੱਛੇ ਰਹਿ ਜਾਂਦੇ ਨੇ। ਅਤੇ ਇਹ ਅਸੀਂ ਕੈਲਸ਼ੀਅਮ ਬਲਾਕ ਬਣਾਉਣਾ ਹੈ, ਅਤੇ ਬਣਾਉਂਦਿਆਂ ਦੌਰਾਨ ਤੁਹਾਨੂੰ ਦੱਸਣਾ ਹੈ ਵੀ ਇਹਦੇ 'ਚ ਕਿਹੜੀਆਂ ਸ਼ੈਵਾਂ ਇਸਤੇਮਾਲ ਕਰਨੀਆਂ ਨੇ ਅਤੇ ਕਿਵੇਂ ਕਰਨੀਆਂ ਨੇ, ਇਹ ਅੱਜ ਅਸੀਂ ਤੁਹਾਨੂੰ ਦੱਸਾਂਗੇ। ਅਤੇ ਅੱਲਾਹ ਦੇ ਹੁਕਮ ਨਾਲ ਜਿਹੜਾ ਵੀ ਬੇਲੀ ਸੱਜਣ ਮਿੱਤਰ ਇਸ ਬਲਾਕ ਨੂੰ ਆਪਣੇ ਪਰਿੰਦਿਆਂ 'ਤੇ ਐਕਸਪੈਰੀਮੈਂਟ ਕਰੇਗਾ, ਉਹਨਾਂ ਨੂੰ ਖਿਲਾਏਗਾ, ਅਤੇ ਇਨਸ਼ਾਅੱਲਾ ਪਰਿੰਦੇ ਤੰਦਰੁਸਤ, ਤਵਾ ਨਾ ਅਤੇ ਮੋਟੇ ਤਾਜ਼ੇ ਹੋਣਗੇ। ਲਓ ਵੀ ਬੇਲੀਓ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਸਜਾਈਆਂ ਨੇ ਇਹ ਤੁਹਾਨੂੰ ਦੱਸਣ ਵਾਸਤੇ। ਇਹ ਬਲੌਕ ਬਣਾਉਣ ਵਾਸਤੇ ਸਭ ਤੋਂ ਪਹਿਲੇ ਸਾਨੂੰ ਚਾਹੀਦੇ ਨੇ ਜੀ 10 ਅਦਦ ਆਂਡਿਆਂ ਦੇ ਛਿਲਕੇ। ਕੀ ਜੀ? 10 ਅਦਦ ਆਂਡਿਆਂ ਦੇ ਛਿਲਕੇ। ਅਗਰ ਘਰ ਆਂਡੇ ਨਹੀਂ ਤਾਂ ਕਿਸੇ ਬਰਗਰ ਸ਼ੌਪ ਤੋਂ ਲੈ ਲਓ, ਠੀਕ ਹੋ ਗਿਆ। ਖਾਲੀ ਛਿਲਕੇ ਲੈਣੇ ਨੇ, ਅੰਡੇ ਨਹੀਂ ਲੈਣੇ। ਅੱਛਾ, ਇਹ ਹੋ ਗਿਆ ਜੀ ਮਤਲਬ ਅੰਡੇ। ਇਹਨਾਂ ਨੂੰ ਅਸੀਂ ਗਰਮ ਪਾਣੀ 'ਚ ਉਬਾਲ ਕੇ ਅਤੇ ਇਹਨਾਂ ਦਾ ਜਿਹੜਾ ਵਿੱਚ ਮੈਲ ਸ਼ੈਲ ਲਾਹ ਦੇਣੀ ਨੇ, ਇਹਨਾਂ ਨੂੰ ਪਾ ਦੇਣਾ ਅਸੀਂ ਉਹਦੇ ਵਿੱਚ ਗਰਮ ਪਾਣੀ ਵਾਸਤੇ, ਠੀਕ ਹੋ ਗਿਆ ਜੀ। ਇਹਨਾਂ ਨੂੰ ਧੋ ਬਣਾ ਲੈਣਾ, ਸਾਫ਼ ਕਰ ਲੈਣਾ ਗਰਮ ਪਾਣੀ ਨਾਲ। ਉਸ ਤੋਂ ਬਾਅਦ 10 ਅਦਰ ਗਲਾਸ ਚਾਹੀਦੇ ਨੇ ਆਰਟੀਫਿਸ਼ਲ ਡਿਸਪੋਜ਼ੀਬਲ। ਇਹ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਲਓ, ਤੁਹਾਨੂੰ ਤਕਰੀਬਨ 1 ਰੁਪਏ ਦਾ ਪਏਗਾ, 10 ਰੁਪਏ ਦੇ ਆ ਜਾਂਦੇ। ਉਸ ਤੋਂ ਬਾਅਦ ਆ ਗਈ ਜੀ ਪਲਾਸਟਰ ਆਫ ਪੈਰਸ। ਇਹ ਕਿਸੇ ਵੀ ਰੰਗ ਰੋਗਨ ਵਾਲੀ ਦੁਕਾਨ ਤੋਂ, ਜਾਂ ਹਾਰਡਵੇਅਰ ਦੀ ਦੁਕਾਨ ਤੋਂ, ਜਾਂ ਕਿਸੇ ਬਜਰੀ ਸੀਮੈਂਟ ਵਾਲੀ ਦੁਕਾਨ ਤੋਂ ਤੁਹਾਨੂੰ ਜਿੱਥੋਂ ਆਸਾਨੀ ਨਾਲ ਮਿਲ ਜਾਏ 1 ਕਿਲੋ ਦਾ ਪੈਕਟ ਪਲਾਸਟਰ ਆਫ ਪੈਰਸ ਦਾ ਲੈ ਲੈਣਾ ਜੀ। ਉਸ ਤੋਂ ਬਾਅਦ ਵਾਰੀ ਆ ਜਾਂਦੀ ਜੀ ਗਾਚਨੀ ਜਾਂ ਮੁਲਤਾਨੀ ਮੱਟੀ, ਉਹਨਾਂ 'ਚੋਂ ਇੱਕ ਚੀਜ਼ ਲੈਣੀ ਹੈ ਤੁਸੀਂ। ਇਹ ਗਾਚਨੀ ਉਹ ਗਾਚਨੀ ਜੀ ਜਿਹੜੀਆਂ ਸਾਡੇ ਪੁਰਾਣੇ ਵਕਤ 'ਚ ਮਾਈਆਂ ਖਾਂਦੀਆਂ ਹੁੰਦੀਆਂ ਸਨ, ਅਤੇ ਅਸੀਂ ਕਹਿਣਾ ਵੀ ਇਹ ਗਾਚਨੀ ਪਤਾ ਨਹੀਂ ਕਿਉਂ ਖਾਂਦੀਆਂ ਨੇ, ਉਹ ਬੜੀਆਂ ਸਿਆਣੀਆਂ ਸਨ। ਯਾਨੀ ਕਿ ਇਹਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ, ਇਹ ਉਹਨਾਂ ਨੂੰ ਜਿਹੜੀਆਂ ਦਿਹਾਤੀ ਇਲਾਕੇ 'ਚ ਰਹਿੰਦੀਆਂ ਸਨ ਔਰਤਾਂ, ਇਹ ਉਹਨਾਂ ਨੂੰ ਉਦੋਂ ਦਾ ਹੀ ਪਤਾ ਕਿ ਇਹਦੇ 'ਚ ਕੈਲਸ਼ੀਅਮ ਪਾਇਆ ਜਾਂਦਾ। ਖੈਰ, ਕਿੱਸਾ ਮੁਕਸਰ। ਇਸ ਤੋਂ ਬਾਅਦ ਆ ਜੀ ਪੁਰਾਣੀ ਗੁੜ ਦੀ ਵਾਰੀ, ਠੀਕ ਹੋ ਗਿਆ ਜੀ। ਇੱਕ ਸਟਾਕੀ ਲੈਣਾ ਤੁਸੀਂ,
ਯਾਨੀ ਕਿ 50 ਗ੍ਰਾਮ। ਉਸ ਤੋਂ ਬਾਅਦ ਹਲਦੀ ਆਮ ਘਰਾਂ 'ਚ ਇਸਤੇਮਾਲ ਹੁੰਦੀ ਹੈ, ਹਾਂਡੀ 'ਚ ਵੀ ਇਸਤੇਮਾਲ ਕਰਦੇ ਹਾਂ, ਇਹ ਪਰਿੰਦਿਆਂ ਦੀ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਬੜੀ ਜ਼ਰੂਰੀ ਹੈ। ਅੱਛਾ, ਇਹ ਤੁਸੀਂ ਲੈਣੀ ਹੈ ਜੀ 1 ਚਮਚ, ਜਿਹੜਾ ਘਰ ਅਸੀਂ ਆਮ ਇਸਤੇਮਾਲ ਕਰਦੇ ਚਮਚ। ਉਸ ਤੋਂ ਬਾਅਦ ਵਾਰੀ ਆਏਗੀ ਸਮੁੰਦਰੀ ਝੱਗ, ਠੀਕ ਹੈ ਜੀ, ਇਹ ਕਿਸੇ ਵੀ ਪੰਸਾਰ ਵਾਲੇ ਕੋਲ ਤੁਸੀਂ ਲੈ ਸਕਦੇ ਹੋ। ਇਹ ਲੈਣੀ ਹੈ ਤੁਸੀਂ ਜੀ 100 ਗ੍ਰਾਮ, ਠੀਕ ਹੋ ਗਿਆ ਜੀ। ਅੱਛਾ, ਅੱਗੇ ਆ ਜਾਂਦੇ ਜੀ ਕੋਲੇ ਦੀ ਵਾਰੀ। ਇਵੇਂ ਜਿਵੇਂ ਤੁਹਾਨੂੰ ਮੈਂ ਗਾਚਣੀ ਦਾ ਦੱਸਿਆ, ਇਹੋ ਹੀ ਕੋਇਲੇ ਦੀ ਵੀ ਇਹੀ ਖਾਸੀਅਤ ਹੈ ਕਿ ਜਿਹੜੇ ਮਤਲਬ 30-40 ਸਾਲ ਪੁਰਾਣੇ ਲੋਕ ਨੇ, ਮਤਲਬ ਜਿਨ੍ਹਾਂ ਦੀ ਉਮਰ ਇਸ ਟਾਈਮ 40-50 ਸਾਲ ਹੈ, ਉਹ ਸਮਝਦੇ ਨੇ ਕਿ ਇਹ ਜਿਹੜੀਆਂ ਮਾਈਆਂ ਐਵੇਂ ਚੁੱਲ੍ਹੇ ਅੱਗੇ ਬੈਠੇ ਜਿਹੜਾ ਨਾ ਕੋਲੇ ਚੱਬਦੀਆਂ ਰਹਿੰਦੀਆਂ ਸਨ, ਅਤੇ ਅਸੀਂ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਸਵਾਦ ਹੈ ਵੀ ਕੋਲੇ ਦਾ। ਕੋਲੇ ਦੇ ਵਿੱਚ ਵੀ ਕੈਲਸ਼ੀਅਮ ਪਾਇਆ ਜਾਂਦਾ। ਇਹ ਤੁਸੀਂ ਲੈਣੇ ਨੇ 4 ਚਮਚ, ਇਹਨੂੰ ਪੀਸ ਕੇ ਲੈਣਾ। ਇਹ ਆ ਗਿਆ ਜੀ ਕਾਲਾ ਨਮਕ, ਇਹ ਤੁਸੀਂ ਪਾਉਣੇ ਜੀ 3 ਚਮਚ ਹਸਬੇ ਜ਼ਾਇਕਾ, ਠੀਕ ਹੋ ਗਿਆ। ਯਾਨੀ ਕਿ ਤੁਸੀਂ ਅਗਰ ਕਾਲਾ ਨਮਕ ਨਹੀਂ ਮਿਲਦਾ ਤਾਂ ਚਿੱਟਾ ਨਮਕ ਵੀ ਪਾ ਸਕਦੇ ਹੋ। ਅੱਛਾ ਜੀ, ਅੱਗੇ ਵਾਰੀ ਆ ਗਈ ਜੀ ਸ਼ਰਬਤ ਦੀ, ਕੈਲਸ਼ੀਅਮ ਪੀ। ਇਹ ਕਿਸੇ ਸਟੋਰ ਤੋਂ ਲੈ ਲਓ, 60-70 ਰੁਪਏ ਦਾ ਮਿਲਦਾ, ਠੀਕ ਹੋ ਗਿਆ ਜੀ। ਇਹ 4 ਚਮਚ ਅਸੀਂ ਇਸ ਰੈਸਪੀ 'ਚ ਪਾਉਣੇ ਨੇ, 4 ਚਮਚ ਜਦੋਂ ਅਸੀਂ ਬਣਾਉਣ ਲੱਗਾਂ। ਅੱਛਾ, ਹੁਣ ਕਰਨਾ ਕੀ ਅਸੀਂ, ਕੋਇਲਾ, ਸਮੁੰਦਰੀ ਝੱਗ, ਗੁੜ ਅਤੇ ਇਹ ਮੁਲਤਾਨੀ ਮੱਟੀ, ਇਹਨਾਂ ਨੂੰ ਅਲੱਹਦਾ ਅਲੱਹਦਾ ਪੀਸ ਲੈਣਾ, ਅਤੇ ਪੀਸ ਕੇ ਅਤੇ ਇਹ ਪੈਰਸੋ ਪਲਾਸਟਰ ਦੇ ਵਿੱਚ ਪਾ ਕੇ, ਇਸੇ ਤਰ੍ਹਾਂ ਹੀ ਜਿਹੜੇ ਅੰਡੇ ਨੇ ਇਹਨਾਂ ਨੂੰ ਵੀ ਕੁੱਟ ਲੈਣਾ। ਇਹ ਮੈਂ ਸਾਰਾ ਹੁਣ ਅਮਲ ਕਰਕੇ ਤੁਹਾਨੂੰ ਵਿਖਾਉਣਾ ਜੀ। ਲਓ ਵੀ ਮਿੱਤਰੋ, ਸਭ ਤੋਂ ਪਹਿਲੇ ਅਸੀਂ ਇਹ ਮੁਲਤਾਨੀ ਮੱਟੀ ਜਿਹੜੀ ਹੈ ਨਾ, ਇਹਨੂੰ ਪੀਸ ਲਈਏ। ਬਿਸਮਿੱਲਾ ਦੀ ਬਰਕਤ, ਇਸ ਤਰ੍ਹਾਂ ਇਹਨੂੰ ਕੁੱਟ ਲੈਣਾ, ਬਰੀਕ ਬਰੀਕ ਕਰ ਲੈਣਾ, ਯਾਨੀ ਕਿ ਪਾਊਡਰ ਬਣਾ ਲੈਣਾ। ਜਦੋਂ ਇਹ ਪਾਊਡਰ ਬਣ ਜਾਵੇ ਉਦੋਂ ਤੁਸੀਂ ਇਹਨੂੰ ਬਾਹਰ ਕੱਢ ਲੈਣਾ ਕਿਸੇ ਬਰਤਨ 'ਚ। ਲਓ ਵੀ ਮਿੱਤਰੋ, ਮੁਲਤਾਨੀ ਮੱਟੀ ਇਹ ਗਈ ਹੈ ਪੀਸ। ਹੁਣ ਵਾਰੀ ਆ ਗਈ ਜੀ ਸਮੁੰਦਰੀ ਝੱਗ ਦੀ, ਇਹਨੂੰ ਵੀ ਇਸੇ ਤਰ੍ਹਾਂ ਹੀ ਪੀਸ ਲੈਣਾ ਜੀ। ਬਿਸਮਿੱਲਾ ਦੀ ਬਰਕਤ, ਇਹਨੂੰ ਵੀ ਚੰਗੀ ਤਰ੍ਹਾਂ ਕੁੱਟ ਲੈਣਾ, ਪੀਸ ਲੈਣਾ, ਠੀਕ ਹੈ ਜੀ। ਇਹਨੂੰ ਪਾਊਡਰ ਦੀ ਸ਼ਕਲ 'ਚ ਬਣਾ ਲੈਣਾ, ਜਿਵੇਂ ਕਿ ਅਸੀਂ ਮੁਲਤਾਨੀ ਮਿੱਟੀ ਨੂੰ ਕੁੱਟ ਲਿਆ। ਹੁਣ ਉੱਡਣਾ ਸ਼ੁਰੂ ਹੋ ਗਈ ਹੈ, ਮੈਂ ਥੋੜ੍ਹਾ ਜਿਹਾ ਕਵਰ ਕਰ ਲਾ ਤਾਂ ਕਿ ਬਾਹਰ ਨਾ। ਲਓ ਵੀ ਮਿੱਤਰੋ, ਆ ਸਫਾ ਲੈ ਕੇ ਨਾ ਡਬਲ ਕਰਕੇ ਤੈਨੂੰ ਸੁਰਾਖ ਲਿਆ ਕੱਢ, ਇਹ ਪਾ ਤਾ ਜੀ ਹੈ ਦੇਸੀ ਜੁਗਾੜ, ਠੀਕ ਹੋ ਗਿਆ। ਲਓ ਹੁਣ ਪਾਊਡਰ ਬਾਹਰ ਨਹੀਂ ਆਏਗਾ। ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਨਹੀਂ ਦੇਖਣਾ, ਇਨਸ਼ਾਅੱਲਾ ਤੁਸੀਂ ਇਹ ਵੀਡੀਓ ਵੇਖ ਲਈ ਜਾਂ ਇਹਦੇ 'ਤੇ ਕੰਮ ਕਰਕੇ ਵੇਖ ਲਿਆ ਨਾ, ਤੁਸੀਂ ਜਿੰਨੇ ਵੀ ਜਾਨਵਰ ਰੱਖਣੇ ਅੱਲਾਹ ਦੇ ਹੁਕਮ ਨਾਲ, ਕਦੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ, ਕਦੀ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਨਹੀਂ ਹੋਏਗੀ, ਕਦੀ ਉਹ ਆਂਡੇ ਕਮਜ਼ੋਰ ਨਹੀਂ ਦੇਣਗੇ, ਕਦੀ ਉਹ ਬੱਚੇ ਕਮਜ਼ੋਰ ਨਹੀਂ ਕੱਢਣਗੇ। ਇਹ ਇਨਸ਼ਾਅੱਲਾ ਅੱਲਾਹ ਦੇ ਕਰਮੋ ਫਜ਼ਲ ਨਾਲ ਜਿਹੜੀਆਂ ਚੀਜ਼ਾਂ ਆਪਾਂ ਪਾ ਕੇ ਬਲਾਕ ਬਣਾਉਣਾ, ਬਿਹਤਰੀਨ ਕੈਲਸ਼ੀਅਮ ਬਲਾਕ ਬਣੇਗਾ। ਲਓ ਵੀ ਵੇਲੀਓ, ਇਹ ਵੀ ਪਾਊਡਰ ਬਣ ਗਿਆ ਜੀ, ਠੀਕ ਹੋ ਗਿਆ ਜੀ। ਲਓ ਜੀ, ਸਮੁੰਦਰੀ ਝੱਗ ਦਾ ਵੀ ਪਾਊਡਰ ਬਣ ਗਿਆ, ਦੋ ਆਈਟਮਾਂ ਤਿਆਰ ਹੋ ਗਈਆਂ ਜੀ। ਹੁਣ ਵਾੜੀ ਆ ਗਈ ਗੁੜ ਦੀ,
ਇਹ ਕੋਇਲਾ ਜਿਹੜਾ ਨਾ ਇਹ ਅਸੀਂ ਬਾਅਦ 'ਚੋਂ ਕੁੱਟਾਂਗੇ ਕਿਉਂਕਿ ਇਹਨੇ ਸਾਰਾ ਹੀ ਕਾਲਾ ਕਰ ਛੱਡਣਾ ਮਾਹੌਲ। ਇਹਨੂੰ ਪਹਿਲੇ ਗੁੜ ਨੂੰ ਕੁੱਟਾਂਗੇ ਜੀ ਅਸੀਂ। ਬਿਸਮਿਲ੍ਲਾ ਦੀ ਬਰਕਤ। ਹੁਣ ਇਹਦੀ ਜ਼ਰੂਰਤ ਨਹੀਂ ਹੈ ਕਿਉਂਕਿ ਗੁੜ ਨੇ ਕਿਹੜਾ ਉੱਡਣਾ, ਇਹ ਕੋਇਲੇ ਦੀ ਬੜੀ ਜ਼ਰੂਰਤ ਬਣੇਗੀ। ਗੁੜ ਜਿੰਨਾ ਪੁਰਾਣਾ ਲਵੋਗੇ ਓਨਾ ਹੀ ਬਿਹਤਰ। ਪੁਰਾਣਾ ਗੁੜ ਦੁਕਾਨਦਾਰ ਨੂੰ ਕਹੋਗੇ ਤੁਹਾਨੂੰ ਦੇ ਦੇਗਾ ਪੁਰਾਣਾ। ਲਓ ਬਈ ਇਹ ਸਾਡਾ ਆ ਗਿਆ ਗੁੜ, ਠੀਕ ਹੋ ਗਿਆ, ਬਿਹਤਰੀਨ ਹੋ ਗਿਆ ਜੀ, ਇਹ ਵੀ ਕੁੱਟਿਆ ਗਿਆ। ਹੁਣ ਵਾਰੀ ਆ ਗਈ ਜੀ ਕੋਇਲੇ ਦੀ, ਇਹ ਸਭ ਤੋਂ ਔਖਾ ਕੰਮ ਹੈ। ਬਿਸਮਿਲ੍ਲਾ ਦੀ ਬਰਕਤ। ਇਹ ਬਣਾਉਣੇ ਨੇ 4 ਚਮਚ, ਅਤੇ ਹਿਸਾਬ ਨਾਲ ਹੀ ਕੁੱਟਾਂਗੇ, ਬਹੁਤਾ ਕੁੱਟਣ ਦਾ ਫਾਇਦਾ ਕੋਈ ਨਹੀਂ। ਹੁਣ ਫਿਰ ਇਹ ਜਿਹੜਾ ਨਾ ਜੁਗਾੜ ਲਾਉਣਾ ਪਏਗਾ ਸਰ, ਤਾਂ ਕਿ ਕੋਇਲਾ ਉੱਡੇ ਨਾ ਅਤੇ ਸਾਨੂੰ ਨਾ ਕਿਤੇ ਕਾਲਿਆ ਕਰ ਛੱਡੇ। ਬਿਸਮਿਲ੍ਲਾ ਦੀ ਬਰਕਤ। ਇਨਸ਼ਾਅੱਲਾ ਜਿਹੜੀ ਵੀ ਵੀਡੀਓ ਬਣਾਉਂਦੀ ਹੈ ਯਾਰਾਂ ਬੇਲੀਆਂ ਸੱਜਣਾ ਮਿੱਤਰਾਂ ਨੂੰ ਪੂਰਾ ਪ੍ਰੈਕਟੀਕਲ ਕਰਕੇ ਵਿਖਾਈਦਾ, ਤਾਂ ਕਿ ਅਗਰ ਤੁਸੀਂ ਘਰ ਬਣਾਓ ਤਾਂ ਤੁਹਾਨੂੰ ਆਸਾਨੀ ਹੋਵੇ, ਕੋਈ ਪਰੇਸ਼ਾਨੀ ਨਾ ਹੋ। ਲਓ ਬਈ ਚੱਟੂ ਵੱਟਾ ਚਲਾਉਣ ਦੇ ਨਾਲ ਸਾਡੇ ਮਾਸ਼ਾਅੱਲਾ ਡੋਲੇ ਛੋਲੇ ਵੀ ਬਣ ਰਹੇ ਨੇ, ਦੋ ਦੋ ਫਾਇਦੇ ਹੋ ਰਹੇ ਨੇ ਪਰਿੰਦਿਆਂ ਦਾ ਵੀ ਅਤੇ ਸਾਡਾ ਵੀ। ਐਕਸਰਸਾਈਜ਼ ਹੁੰਦੀ ਹੈ। ਪੁਰਾਣੀਆਂ ਮਾਈਆਂ ਪੁਰਾਣੀਆਂ ਬੀਬੀਆਂ ਜਿਹੜੀਆਂ ਘਰਾਂ ਦੇ ਕੰਮ ਕਰਦੀਆਂ ਸਨ ਨਾ, ਬੜੀਆਂ ਤੰਦਰੁਸਤ ਅਤੇ ਬੜੀਆਂ ਫਿੱਟ ਹੁੰਦੀਆਂ ਸਨ। ਹੁਣ ਜਦੀਦ ਆ ਗਿਆ, ਗਰੈਂਡਰ ਦੇ ਵਿੱਚ ਪਾਓ ਕੂਈ ਕਰਕੇ ਅਤੇ ਆਪਣਾ ਕੰਮ ਤਿਆਰ ਕਰ ਲਓ, ਉਹੋ ਜਿਹੀਆਂ ਫਿਰ ਹੁਣ ਮਤਲਬ ਤਾਕਤਾਂ ਰਹਿ ਗਈਆਂ ਨੇ, ਅਤੇ ਜਿਹੜੇ ਪੁਰਾਣੇ ਵਕਤ ਦੇ ਲੋਕ ਸਨ ਉਹ ਇਸੇ ਵਜ੍ਹਾ ਤੋਂ ਮਜ਼ਬੂਤ ਸਨ। ਹੱਥ ਨਾਲ ਕੱਪੜੇ ਧੋਣੇ, ਹੱਥ ਦੇ ਨਾਲ ਬੋਕਰਬਾੜੀ ਕਰਨੀ, ਘਰ ਮਿਰਚਾਂ ਕੁੱਟਣੀਆਂ, ਚੱਕੀ ਪੀਣੀ, ਅਤੇ ਉਹਦੇ ਨਾਲ ਬੰਦਾ ਜਿਹੜਾ ਨਾ ਸਿਹਤਮੰਦ ਰਹਿੰਦਾ ਸੀ, ਫਿੱਟ ਰਹਿੰਦਾ ਸੀ। ਅਤੇ ਇਹ ਜਿਹੜੀਆਂ ਸਹੂਲਤਾਂ ਅੱਜ ਮਿਲ ਗਈਆਂ ਸਾਨੂੰ, ਉਹਨਾਂ ਸਾਨੂੰ ਹਲਕਸ ਦਾ ਕਰ ਮਾਰਿਆ ਕਰ ਛੱਡਿਆ ਵੀਗਾ, ਕਮਜ਼ੋਰ ਕਰ ਛੱਡਿਆ। ਹਰ ਦੂਸਰਾ ਬੰਦਾ ਬਿਮਾਰ ਹੈ, ਉਹ ਇਸੇ ਵਜ੍ਹਾ ਤੋਂ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਚੱਟੂ ਵੱਟੇ ਤੋਂ ਦੂਰ ਹੋ ਗਏ, ਚੱਕੀ ਤੋਂ ਦੂਰ ਹੋ ਗਏ, ਹੱਥ ਨਾਲ ਥਾਪੇ ਨਾਲ ਕੱਪੜੇ ਧੋਣੇ ਉਹਦੇ ਤੋਂ ਦੂਰ ਹੋ ਗਏ, ਅਤੇ ਆਟੇ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ, ਜੂਸ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ। ਅਤੇ ਇਸ ਪਾਰੋਂ ਜਿਹੜਾ ਨਾ ਸਾਡੇ ਮਾਸ਼ਰੇ ਦੇ ਵਿੱਚ ਔਰਤਾਂ ਵਾਸਤੇ ਸਹੂਲਤਾਂ ਤਾਂ ਮਿਲ ਗਈਆਂ ਉਹਨਾਂ ਨੂੰ, ਲੇਕਿਨ ਅੰਦਰੂਨੇ ਖਾਤਾ ਉਹਨਾਂ ਦੀ ਤਾਕਤ ਜਿਹੜੀ ਸੀ ਨਾ ਉਹ ਬਿਲਕੁਲ ਹੀ ਜ਼ੀਰੋ ਹੋ ਗਈ, ਬਿਲਕੁਲ ਆਰਟੀਫਿਸ਼ਲ ਹੋ ਗਈਆਂ ਨੇ। ਉਹ ਕਾਲਾ ਗੁੱਟਦੀ ਪਈ ਹੈ, ਇਸੇ ਪਾਰੇ ਮੈਂ ਉੱਤੇ ਕਾਗਜ਼ ਲਾਇਆ, ਤਾਂ ਕਿ ਜਿਹੜਾ ਨਾ ਅਸੀਂ ਕੋਈ ਅੱਧਾ ਕੁ ਕੰਮ ਹੋ ਗਿਆ ਅਤੇ ਅੱਧਾ ਕੁ ਰਹਿ ਗਿਆ, ਉਹ ਵੀ ਕਰਨੇ ਇਨਸ਼ਾ। ਲਓ ਵੀ ਵੇਲੀਓ, ਇਹ ਛਿਲਕੇ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਉਬਾਲਣੇ ਨੇ, ਇਹ ਆਂਡੇ ਨਹੀਂ, ਇਹ ਆਂਡਿਆਂ ਦੇ ਛਿਲਕੇ ਸਨ। ਇਹ ਦੇਖ ਰਹੇ ਉੱਤੇ ਇਹ ਮੈਲ ਆ ਗਈ ਬਾਹਰ ਨਾ, ਯਾਨੀ ਕਿ ਜਿੰਨੀ ਵੀ ਮੈਲ ਕਚੈਲ ਸੀ ਨਾ ਆਂਡਿਆਂ ਦੇ, ਅੰਡੇ ਆ ਸਾਰੇ ਛਿਲਕੇ ਸਾਫ਼ ਹੋ ਗਏ ਨੇ ਮਾਸ਼ਾਅੱਲਾ। ਅਤੇ ਇਹਨਾਂ ਨੂੰ ਉਬਾਲਣ ਦਾ ਮਕਸਦ ਇਹ ਸੀ ਕਿ ਜਿਹੜਾ ਮਵਾਦ ਛਿਲਕਿਆਂ ਦੇ ਨਾਲ ਰਹਿ ਜਾਂਦਾ ਨਾ ਜਿਹੜਾ ਲਿਕੁਅਡ, ਉਹ ਫਿਰ ਗਰਮ ਪਾਣੀ ਦੇ ਵਿੱਚ ਉਬਾਲ ਲਵੋ ਅਤੇ ਫਿਰ ਉਹ ਜਿਹੜਾ ਇਹ ਸਮੈਲ ਦੀ ਸ਼ਕਲ 'ਚ ਬਾਹਰ ਆ ਜਾਂਦਾ, ਅਤੇ ਅੰਡਿਆਂ ਦੇ ਜਿਹੜੇ ਛਿਲਕੇ ਨੇ ਉਹ ਬਿਲਕੁਲ ਸਾਫ਼ ਸੁਥਰੇ ਹੋ ਜਾਂਦੇ ਨੇ। ਲਓ ਵੀ ਵੇਲੀਓ, ਆਹ ਕੋਇਲੇ ਜਿਹੜੇ ਸਨ ਨਾ ਇਹ ਅਸੀਂ ਲਏ ਨੇ ਕੁੱਟ, ਅਤੇ ਹੁਣ ਅਸੀਂ ਕੱਢ ਲਾਂਗੇ ਇੱਕ ਬਰਤਨ 'ਚ, ਅਤੇ ਚੱਟੂ ਵੱਟਾ ਖਾਲੀ ਕਰ ਲੈਂਦੇ। ਚੱਟੂ ਵੱਟੇ ਤੋਂ ਮੁਰਾਦ ਹੈ ਕਿ ਇਹਨੂੰ ਕੁਝ ਲੋਕ ਹਮਾਮ ਦਸਤਾ ਵੀ ਕਹਿੰਦੇ ਨੇ, ਇਹ ਹਮਾਮ ਹੈ ਅਤੇ ਇਹ ਦਾ ਦਸਤਾ, ਅਤੇ ਕੁਝ ਕਹਿੰਦੇ ਨੇ ਚੱਟੂ ਵੱਟਾ, ਚੱਟੂ
ਵੱਟਾ, ਇਹ ਪੰਜਾਬੀ ਦੇ ਵਿੱਚ ਪੁਰਾਣੇ ਲੋਕਾਂ ਨੂੰ ਸਮਝ, ਇਹ ਹਮਾਮ ਦਸਤਾ ਜਿਹੜਾ ਨਾ ਜੀ, ਇਹਨੂੰ ਅਸੀਂ ਕਰੀਏ ਹੁਣ ਖਾਲੀ। ਬਿਸਮਿਲ੍ਲਾ ਦੀ ਬਰਕਤ, ਉਹ ਪੰਜਾਬੀ ਦੀ ਮਿਸਾਲ ਆ ਨਾ ਜੀ, ਇਹ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ, ਸਾਡੇ ਹੱਥ ਕਾਲੇ ਹੋ ਗਏ ਨੇ। ਲਓ ਜੀ, ਇਹ ਜ਼ਰੂਰੀ ਸੀ ਤੁਹਾਨੂੰ ਕਰਕੇ ਵਿਖਾਉਣਾ। ਇਹ ਚੀਜ਼ਾਂ ਹੋ ਗਈਆਂ ਨੇ ਸਾਰੀਆਂ ਤਿਆਰ ਜੀ, ਇਹਨਾਂ ਨੂੰ ਕਰ ਲਈਏ ਹੁਣ ਲਾਗੇ ਲਾਗੇ। ਹੁਣ ਅਸੀਂ ਕਰਾਂਗੇ ਇਹਨਾਂ ਨੂੰ ਆਪਸ 'ਚ ਸਾਰਿਆਂ ਨੂੰ ਮਿਕਸ ਮਿਕਸ ਕਰਕੇ, ਅਤੇ ਹਾਲੇ ਸਾਡੇ ਆਂਡੇ ਛਿਲਕੇ ਤਿਆਰ ਹੋ ਰਹੇ ਨੇ, ਉਹਨਾਂ ਨੂੰ ਜ਼ਰਾ ਖੁਸ਼ਕ ਕਰਕੇ ਸੁਕਾ ਕੇ ਫਿਰ ਉਹਨਾਂ ਨੂੰ ਵੀ ਕੁੱਟਣਾ, ਅਤੇ ਉਹਨਾਂ ਨੂੰ ਇਹਦੇ ਵਿੱਚ ਮਿਕਸ ਕਰਨਾ। ਅਤੇ ਉਹ ਜਦੋਂ ਅਸੀਂ ਬਲਾਕ ਦੇ ਵਿੱਚ ਉਹ ਮਵਾਦ ਪਾਉਣਾ, ਇਹਦੇ ਵਿੱਚ ਮਟੀਰੀਅਲ ਪਾਉਣਾ, ਉਸ ਤੋਂ ਬਾਅਦ ਸਾਨੂੰ ਇੱਕ ਤਾਰ ਦੀ ਵੀ ਲੋੜ ਪਏਗੀ ਜਿਹੜੀ ਅਸੀਂ ਇਹਦੇ ਵਿੱਚ ਰੱਖਣੀ ਹੈ, ਠੀਕ ਹੈ ਜੀ। ਉਹ ਰੱਖਣ ਦਾ ਮਕਸਦ ਇਹ ਹੈ ਕਿ ਜਦੋਂ ਬਲਾਕ ਅਸੀਂ ਕੱਢਣਾ ਇਹਦੇ ਵਿੱਚੋਂ, ਇਹ ਤਾਰ ਕਿਤੇ ਅਸੀਂ ਹੈਂਗ ਕਰ ਸਕੀਏ, ਕਿਤੇ ਬੰਨ ਸਕੀਏ, ਕਿਤੇ ਟੰਗ ਸਕੀਏ, ਇਹ ਤਾਰ ਲਾਜ਼ਮੀ ਮੰਗਵਾਉਣੀ। ਇਹ ਕਿਸੇ ਵੀ ਹਾਰਡਵੇਅਰ ਦੀ ਦੁਕਾਨ ਤੋਂ ਸਰੀਆ ਬੰਨਣ ਵਾਲੀ ਤਾਰ ਆਸਾਨੀ ਨਾਲ ਮਿਲ ਜਾਂਦੀ ਹੈ। ਇਹਦੇ ਤੁਸੀਂ ਪੀਸ ਬਣਾ ਲੈਣੇ ਨੇ 10, ਠੀਕ ਹੋ ਗਿਆ ਜੀ। ਲਓ ਵੀ ਮਿੱਤਰੋ, ਹਮਾਮ ਦਸਤਾ ਜਿਹੜਾ ਹੋ ਗਿਆ ਸੀ ਕਾਲਾ ਸਾਡਾ, ਇਹ ਕਰ ਰਿਹਾ ਸੀ ਸਾਫ਼ ਸੁਥਰਾ, ਕਿਉਂਕਿ ਅਸੀਂ ਕੁੱਟਣੇ ਸਨ ਛਿਲਕੇ, ਇਹ ਛਿਲਕੇ ਸੁਕਾਉਣੇ ਸੀ ਅਤੇ ਫਿਰ ਅਸੀਂ ਕੁੱਟਣੇ ਸੀ। ਇਹਨਾਂ ਨੂੰ ਅਸੀਂ ਕੀ ਕਰਾਂਗੇ ਜੀ, ਇਸ ਆਪਣੇ ਹਮਾਮ ਦਸਤੇ 'ਚ, ਇਹ ਠੀਕ ਹੋ ਗਿਆ ਜੀ, ਇਹ ਕੁੱਟ ਕੇ ਪਾ ਦੇ, ਅਤੇ ਬਾਕੀ ਰਹਿੰਦੀ ਖੁੰਦੀ ਕਸਰ ਜਿਹੜਾ ਨਾ ਇਹ ਦਸਤੇ ਨਾਲ ਇਹਨੂੰ ਕੁੱਟ ਲਵਾਂਗੇ। ਬਿਸਮਿਲ੍ਲਾ ਜੀ, ਬਰਕਤ। ਇਹ ਅੰਡਿਆਂ ਦੇ ਜਿਹੜੇ ਛਿਲਕੇ ਸਨ ਇਹ ਵੀ ਅਸੀਂ ਕੁੱਟ ਲੈਣੇ, ਠੀਕ ਹੋ ਗਿਆ ਜੀ। ਯਾਨੀ ਕਿ ਇਹ ਹੈ ਸਨ ਸਾਡੇ ਕੋਲ 10 ਅੰਡਿਆਂ ਦੇ ਛਿਲਕੇ, ਜਿਨ੍ਹਾਂ ਨੂੰ ਅਸੀਂ ਤਰ੍ਹਾਂ ਚੰਗੀ ਤਰ੍ਹਾਂ ਉਬਾਲ ਕੇ ਗਰਮ ਪਾਣੀ 'ਚ ਸਾਫ਼ ਕਰਕੇ ਅਤੇ ਫਿਰ ਇਹ ਉਹਨਾਂ ਦਾ ਮਵਾਦ ਬਣਾ ਲਿਆ। ਲਓ ਜੀ, ਹੁਣ ਵਾਰੀ ਆਏਗੀ ਇਹ ਸਾਰੀਆਂ ਚੀਜ਼ਾਂ ਨੂੰ ਆਪਸ 'ਚ ਮਿਕਸ ਕਰਨ ਦੀ, ਅਤੇ ਉਹ ਵੀ ਤੁਹਾਨੂੰ ਕਰਕੇ ਵਿਖਾਉਂਦੇ ਹਾਂ ਅਤੇ ਫਿਰ ਬਲਾਕ ਬਣਾਉਂਦੇ ਹਾਂ। ਲਓ ਵੀ ਮਿੱਤਰੋ, ਸਭ ਤੋਂ ਪਹਿਲੇ ਅਸੀਂ ਪਾਵਾਂਗੇ ਪਲਾਸਟਰ ਆਫ ਪੈਰਿਸ, ਉਸ ਤੋਂ ਬਾਅਦ ਬਾਕੀ ਚੀਜ਼ਾਂ ਜੀ। ਬਿਸਮਿਲ੍ਲਾ ਦੀ ਬਰਕਤ। ਲਓ ਜੀ, ਬਿਸਮਿਲ੍ਲਾ ਦੀ ਬਰਕਤ। ਆਰਾਮ ਨਾਲ ਸੁੱਟਣਾ, ਨਹੀਂ ਤਾਂ ਤੁਹਾਡੇ ਵਾਪਸੀ ਛਿੱਟਾਂ ਪੈਣਗੀਆਂ ਜੀ, ਫੋਟੇ ਨੇ ਨਾ। ਲਓ ਜੀ ਭਾਅ ਜੀ, ਇਹ ਹੋ ਗਿਆ ਜੀ ਸਾਡਾ ਪੈਰਿਸ ਆਫ ਪਲਾਸਟਰ ਜੀ। ਉਸ ਤੋਂ ਬਾਅਦ ਆ ਗਈ ਜੀ ਵਾਰੀ ਛਿਲਕਾ ਪਾਤਾ ਜੀ, ਇਸ ਤਰ੍ਹਾਂ ਖਿਲਾਰ ਕੇ ਪਾਉਣਾ ਤਾਂ ਕਿ ਬਰਾਬਰ ਮਿਕਦਾਰ 'ਚ ਇਹ ਮਿਕਸ ਹੋ ਜਾਵੇ। ਉਸ ਤੋਂ ਬਾਅਦ ਵਾਰੀ ਆ ਗਈ ਜੀ ਇੱਕ ਚਮਚ ਹਲਦੀ ਦੀ, ਇਹ ਵੀ ਇਸ ਤਰ੍ਹਾਂ ਖਿਲਾਰਨੀ, ਠੀਕ ਹੋ ਗਿਆ ਜੀ। ਲਓ ਜੀ, ਉਸ ਤੋਂ ਬਾਅਦ ਵਾਰੀ ਆ ਗਈ ਜੀ ਸਾਡੀ ਮੁਲਤਾਨੀ ਮਿੱਟੀ ਦੀ ਜੀ, ਇਹਨੂੰ ਵੀ ਇਸ ਤਰ੍ਹਾਂ ਹੀ ਖਿਲਾਰ ਦੇਣਾ, ਜਰਾ ਥੱਲੇ ਰੱਖ ਕੇ ਨਾ, ਨੀਵਾਂ ਰੱਖ ਕੇ, ਤਾਂ ਕਿ ਤੁਹਾਡੇ ਜਿਸਮ 'ਤੇ ਦੁਬਾਰਾ ਵਾਪਸ ਉੱਡ ਕੇ ਨਾ ਪਵੇ, ਬਰੀਕ ਹੋ ਗਈ ਹੈ ਨਾ ਬਿਲਕੁਲ। ਲਓ ਜੀ, ਇਸ ਤੋਂ ਬਾਅਦ ਵਾਰੀ ਆ ਗਈ ਜੀ ਗੁੜ ਦੀ, ਇਹ ਮਿਕਦਾਰ ਮੈਂ ਤੁਹਾਨੂੰ ਪਹਿਲੇ ਵੀ ਦੱਸਤੀ ਹੈ ਵੀਡੀਓ ਦੇ ਵਿੱਚ, ਅਤੇ ਇਹ ਮਤਲਬ ਇੱਕ ਸਟਾਕੀ ਗੁੜ ਅਸੀਂ ਪਾਤਾ ਜੀ। ਅੱਛਾ ਜੀ, ਉਸ ਤੋਂ ਬਾਅਦ ਵਾਰੀ ਆ ਗਈ ਜੀ ਸਮੁੰਦਰੀ ਝੱਗ, ਇਹ ਲਓ ਜੀ, ਇਹਨੂੰ ਵੀ ਛੱਟਾ ਲਾਤਾ ਜੀ। ਅੱਛਾ ਜੀ, ਉਸ ਤੋਂ ਬਾਅਦ ਆ ਗਈ ਨਮਕ, ਕਾਲੇ ਨਮਕ ਦੀ ਵਾਰੀ, ਇੱਕ ਚਮਚ ਜੀ, ਇਹ ਹੋ ਗਿਆ 2 ਚਮਚ ਜੀ,
ਇਹਦਾ ਕੰਮ ਹੈ ਜਿਸਮ ਨੂੰ ਰਵਾਂ ਦਵਾਂ ਰੱਖਣਾ। ਠੀਕ ਹੋ ਗਿਆ ਜੀ, ਨਮਕ ਬਹੁਤ ਅੱਛੀ ਚੀਜ਼ ਹੈ। ਲਓ ਜੀ, ਇਸ ਤੋਂ ਬਾਅਦ ਵਾਰੀ ਆ ਗਈ ਜੀ ਸਾਡੇ ਇਹ ਕਾਲੇ, ਇਹ ਅਸੀਂ ਪਾਉਣੇ ਜੀ 4 ਚਮਚ, ਇੱਕ ਇਹ ਬੜੀ ਅਹਤਿਆਤ ਨਾਲ ਪਾਉਣੇ ਨੇ, ਜਲਦਬਾਜ਼ੀ ਨਹੀਂ ਕਰਨੀ, ਨਹੀਂ ਤਾਂ ਕੰਮ ਸਾਰਾ ਉਲਟ ਪੁਲਟ ਹੋ ਜਾਏਗਾ ਅਤੇ ਸਾਰਾ ਤੁਹਾਡੇ 'ਤੇ ਆਉਣ ਪਏਗਾ, ਕਿਉਂਕਿ ਇਸ ਟਾਈਮ ਬਿਲਕੁਲ ਬਰੀਕ ਹੋਇਆ ਪਿਆ। 3 ਅਤੇ ਇਹ ਹੋ ਗਏ ਜੀ 4, ਇਹਦਾ ਨੁਕਸਾਨ ਕੋਈ ਨਹੀਂ। ਅੱਛਾ, ਅਗਲੀ ਗੱਲ ਮੈਂ ਤੁਹਾਨੂੰ ਇਹ ਦੱਸਣੀ ਸੀ ਕਿ ਇਹਨਾਂ 'ਚੋਂ ਕੋਈ ਵੀ ਇੱਕ ਚੀਜ਼ ਘੱਟ ਜਾਵੇ ਤਾਂ ਟੈਨਸ਼ਨ ਕੋਈ ਨਹੀਂ, ਇਹ ਕੋਈ ਐਟਮੀ ਮਿਜ਼ਾਈਲ ਨਹੀਂ ਬਣਦਾ ਪਿਆ ਵੀ ਇੱਕ ਅੱਧੀ ਸ਼ਹਿਰ ਨਾ ਵਿੱਚ ਪਈ ਅਤੇ ਆਈਟਮ ਨਹੀਂ ਚੱਲਣਾ, ਕੋਈ ਮਸਲਾ ਨਹੀਂ, ਪਰੇਸ਼ਾਨੀ ਬਿਲਕੁਲ ਨਹੀਂ ਲੈਣੀ, ਅਗਰ ਕੋਈ ਇੱਕ ਚੀਜ਼ ਘੱਟ ਜਾਵੇ ਤਾਂ ਕੋਈ ਮਸਲਾ। ਅੱਗੇ ਆ ਗਈ ਵਾਰੀ ਸ਼ਰਬਤ ਦੀ, ਇਹ ਜਿਹੜਾ ਤੁਹਾਨੂੰ ਦੱਸਿਆ ਸੀ ਸ਼ਰਬਤ ਕਦੋਂ ਵੀ ਇਸਤੇਮਾਲ ਕਰਨਾ ਹੈ, ਜਾਨਵਰਾਂ ਵਾਸਤੇ ਆਪਣੇ ਵਾਸਤੇ ਇਹਨੂੰ ਹਿਲਾਉਣ ਤੋਂ ਬਗੈਰ ਇਸਤੇਮਾਲ ਨਹੀਂ ਕਰਨਾ। ਲਓ ਅਸੀਂ ਹੁਣ ਪਾਵਾਂਗੇ ਇਹਦੇ 'ਚ 4 ਚਮਚ, ਬਿਸਮਿਲਲਾ ਦੀ ਬਰਕਤ। ਲਓ ਜੀ, ਕੈਲਸ਼ੀਅਮ 3, ਇੱਕ ਇਹ ਆ ਗਿਆ ਜੀ, 2 ਇਹ ਆ ਗਿਆ ਜੀ, 3 ਇਹ ਆ ਗਿਆ ਜੀ, 4, ਯਾਨੀ ਕਿ ਜਿਹੜੀ ਤੁਹਾਨੂੰ ਮਿਕਦਾਰ ਦੱਸੀ ਹੈ ਨਾ ਚੀਜ਼ਾਂ ਦੀ, ਇਹਨਾਂ ਨੂੰ ਅੱਗੇ ਪਿੱਛੇ ਨਹੀਂ ਕਰਨਾ, ਇਹਦੇ 'ਚ ਕੋਈ ਆਪਣੀ ਮਰਜ਼ੀ ਨਹੀਂ ਕਰਨੀ, ਕਿਉਂਕਿ ਇੱਕ ਰੈਸਪੀ ਬੜੀ ਨਾਪ ਤੋਲ ਕਰਕੇ ਬਣਾਈ ਹੈ ਅਤੇ ਇਹਦੇ 'ਚ ਮਿਕਦਾਰ ਦਾ ਜਿਹੜਾ ਨਾ ਖਾਸ ਤੌਰ 'ਤੇ ਉਹ ਖਿਆਲ ਰੱਖਣਾ, ਆਪਣੀ ਮਰਜ਼ੀ ਬਿਲਕੁਲ ਨਹੀਂ ਕਰਨੀ। ਲਓ ਜੀ, ਇਹ ਚੀਜ਼ਾਂ ਹੁਣ ਜਿਹੜੀਆਂ ਨੇ ਨਾ ਸਾਡੀਆਂ ਹੋ ਗਈਆਂ ਨੇ ਤਿਆਰ, ਹੁਣ ਅਸੀਂ ਇਹਨੂੰ ਕਰਾਂਗੇ ਜੀ ਆਪਸ 'ਚ ਸਾਰਿਆਂ ਨੂੰ ਮਿਕਸ, ਬਿਸਮਿਲਲਾ ਦੀ ਬਰਕਤ। ਲਓ ਜੀ ਭਾਅ ਜੀ, ਇਹ ਬਰੂਦ ਜਿਹੜਾ ਨਾ ਜਿੰਨਾ ਵੀ ਅਸੀਂ ਕੁੱਟਿਆ ਇਹਨਾਂ ਨੂੰ ਕਰ ਦੇਣਾ ਹੈ ਚੰਗੀ ਤਰ੍ਹਾਂ ਮਿਕਸ। ਲਓ ਜੀ ਭਾਅ ਜੀ, ਹੌਲੀ ਹੌਲੀ ਹਿਲਾਉਣਾ, ਤੇਜ਼ੀ ਨਹੀਂ ਵਹਾਉਣੀ, ਕਿਉਂਕਿ ਅਗਰ ਤੇਜ਼ੀ ਤਰਾਜ਼ੀ ਵਹਾਓਗੇ ਸਾਰਾ ਪਾਊਡਰ ਹੈ ਅਤੇ ਉੱਡ ਕੇ ਤੁਹਾਡੇ ਜਿਸਮ 'ਤੇ ਪੈ ਸਕਦਾ, ਅੱਖਾਂ 'ਚ ਵੀ ਪੈ ਸਕਦਾ, ਅਤੇ ਇਸ ਵਾਸਤੇ ਤੁਸੀਂ ਬਿਲਕੁਲ ਹੀ ਇੱਦਾਂ ਜਿਵੇਂ ਮੈਂ ਹਿਲਾਉਣਾ ਅਤੇ ਇੱਦਾਂ ਹੀ ਹਿਲਾਉਣਾ ਤੁਸੀਂ, ਅਤੇ ਬੜਾ ਸਕੂਨ ਨਾਲ ਪਿਆਰ ਮੁਹੱਬਤ ਨਾਲ ਇਹ ਤੁਸੀਂ ਇੱਕ ਦਫਾ ਬਣਾਉਣਾ ਅਤੇ ਤੁਹਾਡੇ 5-6 ਮਹੀਨੇ ਬੰਨੇ, ਅਤੇ ਜਲਦਬਾਜ਼ੀ ਬਿਲਕੁਲ ਨਹੀਂ ਕਰਨੀ। ਅੱਛਾ ਜੀ, ਹੁਣ ਵਾਰੀ ਆ ਗਈ ਜੀ ਵਿੱਚ ਪਾਣੀ ਪਾਉਣ ਦੀ, ਅਤੇ ਪਾਣੀ ਤੁਸੀਂ ਪਾਉਣਾ ਹੈ ਇਸ ਤਰ੍ਹਾਂ ਕਿ ਦਵਾ ਦਵੇ ਨੂੰ ਭਰ ਨਹੀਂ ਦੇਣਾ, ਸਿੰਘਾ ਸਿੰਘਾ ਪਾਣੀ ਪਾਉਣਾ ਤਾਂ ਕਿ ਬਹੁਤਾ ਪਤਲਾ ਨਾ ਹੋ ਜਾਵੇ, ਠੀਕ ਹੈ ਜੀ, ਅਤੇ ਪਾਣੀ ਪਾ ਕੇ ਇਹਨੂੰ ਛੱਡਣਾ ਨਹੀਂ, ਇਹਨੂੰ ਹਿਲਾਈ ਜਾਣਾ, ਬਹੁਤਾ ਅਗਰ ਪਤਲਾ ਕਰ ਲਓਗੇ ਤਾਂ ਫਿਰ ਕੰਮ ਖਰਾਬ ਹੋ ਜਾਏਗਾ। ਇਹ ਹੋ ਗਿਆ ਜੀ 2 ਗਲਾਸ, ਅਤੇ ਇਹ ਹੋ ਗਿਆ ਜੀ 3 ਗਲਾਸ। ਆਮ ਜਿਹੜੇ ਘਰਾਂ 'ਚ ਆਪਾਂ ਗਲਾਸ ਇਸਤੇਮਾਲ ਕਰਨੇ, ਅਸੀਂ ਤਾਂ ਵੈਸੇ ਡਿਸਪੋਜ਼ੀਬਲ ਲਾਇਆ, ਇਹ ਤੁਸੀਂ 3 ਗਲਾਸ ਪਾਉਣੇ ਭਾਈ ਜੀ, ਠੀਕ ਹੋ ਗਿਆ ਜੀ। ਇਹ ਹੁਣ ਲਿਕੁਅਡ ਤੁਹਾਡਾ ਤਿਆਰ ਹੋ ਜਾਏਗਾ, ਪਾਣੀ ਪਾਉਣ ਤੋਂ ਬਾਅਦ ਹਰ ਸ਼ੈ ਜਿਹੜੀ ਹੈ ਨਾ ਇੱਕ ਜਾਨ ਹੋ ਜਾਏਗੀ। 3 ਗਲਾਸ ਅਸੀਂ ਪਾਏ ਨੇ, ਵੈਸੇ ਘਰਾਂ 'ਚ ਵੀ ਇਸ ਸਾਈਜ਼ ਦੇ ਗਲਾਸ ਇਸਤੇਮਾਲ ਹੁੰਦੇ ਨੇ, ਅਤੇ ਮੈਂ ਡਿਸਪੋਜ਼ੀਬਲ ਲਿਆ, ਤੁਸੀਂ ਜਿਹੜਾ ਮਰਜ਼ੀ ਲੈ ਲਓ ਗਲਾਸ ਦੀ ਕੋਈ ਟੈਨਸ਼ਨ ਨਹੀਂ, ਸਾਈਜ਼ ਜਿਹੜਾ ਨਾ ਇੱਕ ਹੀ ਹੁੰਦਾ ਤਕਰੀਬਨ ਗਲਾਸਾਂ। ਲਓ ਜੀ ਭਾਅ ਜੀ, ਇਹ ਕੁਲਫੀ ਖੋਏ ਮਲਾਈ ਤਿਆਰ ਹੋ ਗਈ ਹੈ,
ਇਹਨੂੰ 2-4 ਦਫਾ ਤੁਸੀਂ ਹਿਲਾਉਣਾ ਤਾਂ ਕਿ ਇਹਦੀਆਂ ਜਿਹੜੀਆਂ ਨਾ ਇਹ ਗਿਲਟੀਆਂ ਛਿਲਟੀਆਂ ਇਹ ਮਰੋੜੀਆਂ ਛੁੜੋੜੀਆਂ ਖਤਮ ਹੋ ਜਾਣ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਤੁਸੀਂ ਬਲਾਕ ਬਣਾਉਣੇ ਨੇ। ਹੁਣ ਕਰਨਾ ਕੀ ਹੈ, ਇਹਨੂੰ ਲੈਣਾ ਡਿਸਪੋਜੀਬਲ ਗਲਾਸ ਨੂੰ, ਬਿਸਮਿਲਾ ਪੜ੍ਹ ਕੇ ਇਹ ਤੁਹਾਨੂੰ ਗਲਾਸ ਪਏਗਾ ਅੱਲਾਹ ਦੇ ਹੁਕਮ ਨਾਲ 10 ਰੁਪਏ ਦਾ ਜੀ। ਲਓ ਜੀ ਭਾਅ ਜੀ, ਇਹ ਲਾ ਕੇ ਅਤੇ ਤੁਸੀਂ ਇਹ ਜਿਹੜੀ ਤਾਰ ਹੈ ਨਾ ਇਹਨੂੰ ਵਿੱਚ ਲਗਾ ਦੇਣਾ ਇਸ ਤਰ੍ਹਾਂ ਜੀ, ਅਤੇ ਇਹਨੂੰ ਰੱਖ ਦੇਣਾ ਹੈ ਸੈਡ। ਲਓ ਜੀ ਭਾਅ ਜੀ, ਇੱਕ ਬਲਾਕ ਤਿਆਰ। ਬਿਸਮਿਲਾ ਦੀ ਬਰਕਤ। ਲਓ ਜੀ ਭਾਅ ਜੀ, ਸੌਖਾ ਹੀ ਕੰਮ ਹੈ, ਲੇਕਿਨ ਥੋੜ੍ਹੀ ਜਿਹੀ ਮਿਹਨਤ ਹੈ ਅਤੇ ਬੇਲੀ ਉਹ ਮਿਹਨਤ ਤੋਂ ਨਹੀਂ ਕਤਰਾਉਣਾ। ਜਿਹੜੇ ਜਾਨਵਰ ਰੱਖੇ ਨੇ ਨਾ ਉਹਨਾਂ ਦੀ ਕੇਅਰ ਵੀ ਕਰਨੀ ਪੈਂਦੀ, ਉਹਨਾਂ ਵਾਸਤੇ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ। ਲਓ ਜੀ, ਇਹ ਹੋ ਗਏ ਜੀ 2, ਅਤੇ ਕੋਈ ਇਤਨਾ ਜ਼ਿਆਦਾ ਟਾਈਮ ਨਹੀਂ ਲੱਗਾ। ਇਨਸ਼ਾਅੱਲਾ ਇਨਸ਼ਾਅੱਲਾ ਤੁਸੀਂ ਆਪਣੇ ਬਰਡਸ ਨੂੰ ਇਹ ਜ਼ਰੂਰ ਬਣਾ ਕੇ ਖਿਲਾਉਣੀ ਹੈ ਅਤੇ ਅੱਲਾਹ ਦੇ ਹੁਕਮ ਨਾਲ ਫਾਇਦਾ ਹੋਏਗਾ, ਨੁਕਸਾਨ ਨਹੀਂ ਹੋਏਗਾ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਨਾ ਇਹਦੇ 'ਚ ਗਲਤ ਨਹੀਂ ਹੈ। ਹਰ ਸ਼ੈ ਦਾ ਫਾਇਦਾ, ਹਰ ਸ਼ੈ ਦਾ ਫਾਇਦਾ। ਲਓ ਜੀ ਭਾਅ ਜੀ, ਇਹ ਲਿਕੁਇਡ ਹੋ ਗਿਆ ਖਤਮ, ਅਤੇ ਇਹ ਲਾ ਕੇ ਜੀ ਤਾਰ ਅਸੀਂ ਇਹਦੇ ਵਿੱਚ। ਠੀਕ ਹੋ ਗਿਆ ਜੀ, ਇਹ ਬਣ ਗਏ ਨੇ ਬਲਾਕ। ਹੁਣ ਜ਼ਰਾ ਕੱਠ ਜਾਂਦੇ ਫਿਰ ਤੁਹਾਨੂੰ ਕੱਢ ਕੇ ਵਹਾਨੇ ਆ, ਇਹਨਾਂ ਨੂੰ ਖੋਲ੍ਹ ਕੇ ਵੀ ਵਹਾਵਾਂਗੇ। ਲਓ ਵੀ ਮਿੱਤਰੋ, ਅਲਹਮਦੁਲਿਲਾ ਇਹ ਜਿਹੜੀਆਂ ਅਸੀਂ ਤਾਰਾਂ ਇਸ਼ਾਰੀਆਂ ਲਾਈਆਂ ਸਨ ਇਹ ਹੁਣ ਗਿਆ ਸੁੱਕ। ਹੁਣ ਅਸੀਂ ਇਹਨੂੰ ਇਸ ਡਿਸਪੋਜੀਬਲ ਗਲਾਸ 'ਚੋਂ ਬਾਹਰ ਕੱਢਾਂਗੇ, ਕੋਸ਼ਿਸ਼ ਕਰਨੀ ਹੈ। ਲਓ ਜੀ ਭਾਅ ਜੀ, ਕੁਲਫੀ ਖੋਏ ਮਲਾਈ ਵਾਲੀ, ਲਾਚੀਆਂ ਬਦਾਮਾਂ ਵਾਲੀ। ਲਓ ਜੀ, ਇਹ ਹੋ ਗਿਆ ਜੀ ਬਲੌਗ ਸਾਡਾ ਮਾਸ਼ਾਅੱਲਾ ਤਿਆਰ। ਹੁਣ ਜਿਹੜਾ ਵੀ ਪਿੰਡਾ ਇਹਨੂੰ ਖਾਏਗਾ ਅਤੇ ਇਨਸ਼ਾਅੱਲਾ ਉਹ ਕੈਲਸ਼ੀਅਮ ਨਾਲ ਭਰਪੂਰ ਹੋ ਜਾਏਗਾ। ਚਲੋ ਵੀ ਇਹਨਾਂ ਸਾਰਿਆਂ ਨੂੰ ਖਾਲੀ ਕਰਕੇ ਅਤੇ ਆਪਣੇ ਪਰਿੰਦਿਆਂ ਦੇ ਪਿੰਜਰਿਆਂ 'ਚ ਖੁੱਡਿਆਂ 'ਚ ਲਾਉਂਦੇ ਹਾਂ ਅਤੇ ਦੇਖਦੇ ਹਾਂ ਉਹਨਾਂ ਦਾ ਕੀ ਰਿਜ਼ਲਟ ਹੈ। ਲਓ ਜੀ, ਖੁੱਡਿਆਂ 'ਚ ਲਾਉਂਦੇ ਹਾਂ ਅਤੇ ਦੇਖਦੇ ਹਾਂ ਜਾਨਵਰਾਂ ਨੂੰ ਪਸੰਦ ਆਉਂਦੇ ਕਿ ਨਹੀਂ। ਲਓ ਬੇਲੀਓ, ਸਭ ਤੋਂ ਪਹਿਲੇ ਅਸੀਂ ਇਹਨਾਂ ਪਿੰਚਾਂ ਦੇ ਬੋਕਸ 'ਚ ਲਾਉਂਦੇ ਹਾਂ। ਬਿਸਮਿਲਾ ਦੀ ਬਰਕਤ। ਲਓ ਬਾਈ, ਲਓ ਜੀ ਸੰਗਲੀ ਨਾਲ ਦਿੱਤਾ ਮੈਂ ਟੰਗ, ਉਹ ਦੇਖਦੇ ਹਾਂ ਹਾਲੇ ਦੇਖਣਗੇ ਅਤੇ ਫਿਰ ਉਸ ਤੋਂ ਬਾਅਦ ਆਉਣਗੇ। ਇਹ ਅਸੀਂ ਕਿਆਤਾ ਜੀ ਬੂਹਾ ਪਾਉਂਦੇ। ਹੁਣ ਅਸੀਂ ਲਾਉਂਦੇ ਹਾਂ ਜੀ ਇਹਨਾਂ ਡਵਾਂ ਦੇ ਬੋਕਸ।
ਬਿਸਮਿਲਲਾਹ ਦੀ ਬਰਕਤ। ਲਓ ਜੀ ਭਾਅ ਜੀ, ਇਹ ਲਗਾ ਦਿੱਤਾ, ਹੁਣ ਇਹਨਾਂ ਦੀ ਮਰਜ਼ੀ, ਜਦੋਂ ਮਰਜ਼ੀ ਖਾਣ। ਠੀਕ ਹੋ ਗਿਆ ਜੀ। ਅਗਲਾ ਬੋਕਸ ਆ ਗਿਆ ਜੀ ਸਾਡਾ, ਇਹ ਛੋਟੀਆਂ ਜਿਹੜੀਆਂ ਖਿੰਚਾਂ, ਇਹਨਾਂ ਚਲਾਉਣੀਆਂ। ਇਹ ਬਲ ਕੇ ਅਸੀਂ ਥੱਲੇ ਹੀ ਰੱਖ ਦਿੰਦੇ ਹਾਂ। ਇਹ ਚਿੜੀ ਭੱਜ ਲਈ ਸੇਖ ਜੀ, ਅਤੇ ਆ ਗਈ ਕਾਬੂ। ਧਿਆਨ ਨਾਲ ਧਿਆਨ ਨਾਲ ਤਾੜੇ ਨੂੰ, ਤਾੜੇ ਨੂੰ ਲਓ ਵੀ ਦੇਲੀ। ਇਹ ਬਲਾਕ ਰੱਖਣ ਦੇ ਦੌਰਾਨ ਜਿਹੜਾ ਨਾ ਚੱਕਰ ਦੇ ਗਈ ਹੈ ਸਾਨੂੰ ਚਿੱਟੀ ਇੰਚ, ਲੇਕਿਨ ਸਾਡੀ ਕਿਸਮਤ ਚੰਗੀ ਕਿ ਅਸੀਂ ਟਾਈਮ ਨਾਲ ਇਹਨੂੰ ਕਾਬੂ ਕਰ ਲਿਆ। ਅਤੇ ਬਾਕੀ ਛੋਟਾ ਮੈਨੂੰ ਡੋਰ ਯੂਜ ਕਰਨਾ ਚਾਹੀਦਾ ਸੀ, ਮੈਂ ਵੱਡਾ ਬੂਹਾ ਖੋਲਿਆ ਜਿਹਦੀ ਵਜ੍ਹਾ ਤੋਂ ਨਾ ਇਹ ਮਸਲਾ ਬਣਿਆ। ਇਹਨਾਂ ਦੇ ਵਿੱਚ ਵੀ ਰੱਖ ਦਿੰਦੇ ਕਿਉਂਕਿ ਵੀ ਅੰਡੇ ਦੇ ਰਹੇ ਨੇ, ਬਰੀਡ ਕਰ ਰਹੇ ਨੇ, ਤਾਂ ਕਿ ਇਹ ਵੀ ਇਹ ਤੋਂ ਫਾਇਦਾ ਹਾਸਿਲ ਕਰ ਸਕਣ। ਬਿਸਮਿਲਲਾਹ ਦੀ ਬਰਕਤ। ਲਓ ਜੀ, ਆਹ ਚਾਪ ਜਿਹੜਾ ਨਾ ਬਾਜ਼ਾਰੋਂ ਮਿਲਦਾ, ਠੀਕ ਹੈ ਜੀ, ਇਹ ਅਸੀਂ ਹੁਣ ਬਾਹਰ ਕੱਢ ਦਿੱਤਾ। ਇਹ ਹੁਣ ਜਦੋਂ ਤੱਕ ਚੱਲੇਗਾ ਸਾਡਾ ਇਹ ਵਾਲਾ ਚੌਕ ਚੱਲੇਗਾ। ਲਓ ਵੀ ਮਿੱਤਰੋ, ਹੁਣ ਸਾਡਾ ਇੱਕ ਜੋੜਾ ਰਹਿ ਗਿਆ ਕੋਕਟੇਲ ਦਾ, ਅਤੇ ਇਹਦੇ ਵਿੱਚ ਵੀ ਅਸੀਂ ਉਹ ਬਾਜ਼ਾਰੀ ਚਾਕ ਰੱਖੇ ਆ ਸਾਹਮਣੇ, ਲੇਕਿਨ ਹੁਣ ਅਸੀਂ ਇਹ ਆਪਣਾ ਘਰ ਦਾ ਜਿਹੜਾ ਬਣਾਇਆ ਹੋਇਆ, ਆਪਣੇ ਹੱਥ ਨਾਲ ਬਣਾਇਆ ਹੋਇਆ ਚੌਕ, ਇਹ ਰੱਖਾਂਗੇ ਤਾਂ ਕਿ ਇਹ ਬਰਡਸ ਜਿਹੜੇ ਨੇ ਬਰੀਡਿੰਗ ਚੰਗੀ ਕਰਨ, ਅਤੇ ਬੱਚੇ ਵੀ ਤੰਦਰੁਸਤ ਕੱਢਣ। ਲਓ ਬਈ, ਇਹ ਵੀ ਥੱਲੇ ਰੱਖ ਦਿੰਦੇ ਹਾਂ ਕਿਉਂਕਿ ਹਾਈਟ 'ਤੇ ਟੰਗਣ ਦਾ ਫਾਇਦਾ ਕੋਈ ਨਹੀਂ। ਲਓ ਵੀ ਮਿੱਤਰੋ, ਜਿਹੜੇ ਬਲੌਕ ਲੱਗਣੇ ਸੀ ਉਹ ਦਿੱਤੇ ਅਸੀਂ ਲਾ ਬਾਕੀ ਹਰ ਖੁੱਡੇ ਦੇ ਵਿੱਚ, ਅਤੇ ਆਹ ਕੋਈ ਸਾਢੇ ਕੁ ਤਿੰਨ, ਤਿੰਨ ਵੱਡੇ ਅਤੇ ਇਹ ਇੱਕ ਬੱਚਾ, ਇਹ ਬਚ ਗਿਆ, ਇਹ ਅਸੀਂ ਹੁਣ ਸੰਭਾਲ ਲਾਂਗੇ। ਦੁਬਾਰਾ ਜਦੋਂ ਅਸੀਂ ਮਤਲਬ ਜਦੋਂ ਇਸਤੇਮਾਲ ਹੋ ਜਾਣਗੇ ਅਤੇ ਉਹਨਾਂ ਨੂੰ ਇਸਤੇਮਾਲ 'ਚ ਲਿਆਵਾਂਗੇ। ਇਹਨੂੰ ਕੁਝ ਵੀ ਨਹੀਂ ਹੁੰਦਾ, ਭਾਵੇਂ 2 ਸਾਲ ਪੈ ਰਹਿਣ, 3 ਸਾਲ ਪੈ ਰਹਿਣ, ਇਹਨਾਂ ਦਾ ਕੁਝ ਨਹੀਂ ਖਰੀਦਦਾ। ਅਤੇ ਇੱਕ ਰਹਿ ਗਿਆ ਬਾਬਾ ਜੀ, ਉਹ ਸਾਹਮਣਾ ਆਪਣਾ ਜਿਹੜਾ ਆਸਟ੍ਰੇਲੀਆ ਨੇ। ਓਹੋ, ਲਓ ਜੀ, ਉਹ ਰਹਿ ਗਿਆ ਸ਼ਰਮੀਲੀ ਦਾ ਬੋਕਸ ਹੀ ਰਹਿ ਗਿਆ, ਅਸੀਂ ਐਨ ਦੱਸਦਾ ਪਿਆ, ਅਤੇ ਉਹਦੇ ਵਿੱਚ ਵੀ ਲਾ ਦਿੰਦੇ ਜੀ। ਲਓ ਜੀ ਭਾਅ ਜੀ, ਸ਼ਰਮੀਲੀ ਦਾ ਬੋਕਸ ਹੀ ਲਿਆ ਦਿੰਦੇ ਜੀ। ਬਿਸਮਿਲਲਾਹ ਦੀ ਬਰਕਤ। ਲੈ ਵੀ ਸ਼ਰਮੀਲੀ, ਤੇਰਾ ਚਾਕ ਵੀ ਆ ਗਈ ਹੈ, ਆਪਣਾ ਜਾ ਪਿੱਛੇ ਜਾ, ਤੂੰ ਪੂਰਾ ਪੰਗੇ ਲੈ। ਲਓ ਜੀ ਭਾਅ ਜੀ, ਟੰਗ ਦਿੱਤਾ ਸ਼ਰਮੀਲੀ ਦਾ ਬੋਕਸ ਜੀ, ਇਹ ਹੁਣ ਭਾਵੇਂ ਇਹ ਵੀ ਖਾਂਦਾ ਰਹੇ ਅਤੇ ਸ਼ਰਮੀਲੀ ਵੀ ਖਾਂਦੀ ਰਹੇ। ਲਓ ਵੀ ਮਿੱਤਰੋ, ਇਹ ਸੀ ਸਾਡੀ ਅੱਜ ਦੀ ਵੀਡੀਓ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਹੈ ਕਿ ਕੈਲਸ਼ੀਅਮ ਬਲੌਕ ਦੇਸੀ ਤਰੀਕੇ ਨਾਲ ਕਿਵੇਂ ਬਣਾਇਆ ਜਾਂਦਾ, ਉਹਦੇ ਕੀ ਫਾਇਦੇ ਨੇ। ਅਤੇ ਅਲਹਮਦੁਲਿਲਾ, ਆਈ ਹੋਪ ਕਿ ਯਾਰਾਂ ਦੋਸਤਾਂ ਬੇਲੀਆਂ ਮਿੱਤਰਾਂ ਸੱਜਣਾਂ ਨੂੰ ਸਭ ਨੂੰ ਪਸੰਦ ਆਈ ਹੋਏਗੀ। ਅਤੇ ਜੇ ਪਸੰਦ ਆਈ ਹੈ, ਲਾਈਕ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ, ਬੈਲ ਆਈਕਨ ਨੂੰ ਦਬਾਉਣਾ ਹੈ, ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਹੈ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ। ਮਿਲਦੇ ਹਾਂ ਅਗਲੇ ਵੀਡੀਓ 'ਚ ਨਵੀਆਂ ਗੱਲਾਂ, ਨਵੀਆਂ ਬਾਤਾਂ ਅਤੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਤੁਹਾਡਾ ਅਤੇ ਮੇਰਾ ਰੱਬ ਰੱਖਾ ਲਾਣੀ ਕੇ ਬਾਰੇ। ਅਸਲਾਮ ਵਾਲੇਕੁਮ ਰਹਿਮਤੁਲਲਾਹ।